ਅਸੀਂ ਥੋੜੇ ਕਿਉਂ ਅਸੀਂ ਕੁੱਲ 2 ਕਰੋੜ ਮੰਨੇ ਜਾਂਦੇ ਹਾਂ ਘੱਟ ਗਿਣਤੀ ਵਿੱਚ ਕਿਉਂ ਇਸ ਦਾ ਤੇ ਮੈਂ ਇੱਕੋ ਹੀ ਜਵਾਬ ਦੇਣਾ ਕਿ ਕਾਦਰ ਕਰੀਮ ਜਿਸ ਦੀ ਅਹਿਮੀਅਤ ਤੇ ਜਿਸ ਦੀ ਕੀਮਤ ਵਧਾ ਕੇ ਰੱਖਣਾ ਚਾਹੁੰਦਾ ਹੈ ਉਹਨੂੰ ਘੱਟ ਹੀ ਰੱਖਦਾ ਹੈ ਪਹਾੜਾਂ ਵਿੱਚ ਜਿਤਨਾ ਲੋਹਾ ਪੈਦਾ ਹੁੰਦਾ ਹੈ ਇਤਨਾ ਸੋਨਾ ਨਹੀਂ ਪੈਦਾ ਤੇ ਜਿਤਨਾ ਲੋਹਾ ਨਿਕਲਦਾ ਹੈ ਉਤਨਾ ਹੀ ਸੋਨਾ ਨਿਕਲੇ ਕਿ ਤੋਲਿਆਂ ਦੇ ਹਿਸਾਬ ਨਾਲ ਨਹੀਂ ਵਿਕੇਗਾ ਫਿਰ ਟਨਾਂ ਦੇ ਹਿਸਾਬ ਨਾਲ ਵਿਕੇਗਾ ਇਹਦੀ ਕੀ ਵੈਲਿਊ ਜਿਹੜੀ ਚੀਜ਼ ਮਹਾਨ ਹੈ ਉਸ ਨੂੰ ਕਾਦਰ ਕਰੀਮ ਨੇ ਥੋੜਾ ਪੈਦਾ ਕੀਤਾ ਇਸ ਵਾਸਤੇ ਇਹਦੀ ਕੀਮਤ ਨਾ ਘਟੇ ਪਤਾ ਜਿਹੜੀ ਚੀਜ਼ ਮਾਰਕੀਟ ਵਿਚ ਬਹੁਤ ਜ਼ਿਆਦਾ ਆ ਜਾਏ ਉਹਦੀ ਕੀਮਤ ਘੱਟ ਜਾਂਦੀ ਹੈ ਤੇ ਸਾਡਾ ਘੱਟ ਹੋਣਾ ਰੱਬ ਦੀ ਬਖਸ਼ਿਸ਼ ਹੈ ਰੱਬ ਦੀ ਕਰੋਪੀ ਨਹੀਂ ਇਤਨੀ ਮਿਹਨਤ ਕਰਦੇ ਹਾਂ ਅਗਰ ਅਸੀਂ ਘੱਟ ਦੇ ਨਤੀਜਾ ਇਹਨੂੰ ਕਰੋਪੀ ਨਾ ਸਮਝ